ਬਾਬਾ ਜੀ ਦੀ ਪਿਆਰੀ ਸਾਧ ਸੰਗਤ ਜੀ, ਆਪ ਸਭ ਨੂੰ ਪਤਾ ਹੀ ਹੈ ਪੀਰ ਬਾਬਾ ਲੱਖਦਾਤਾ ਜੀ ਸੁਲਤਾਨ 11ਵੀਂ ਵਾਲੀ ਸਰਕਾਰ ਦਾ ਜੋ ਪ੍ਰੋਗਰਾਮ ਹੈ ਉਹ ਹਰ ਸਾਲ ਆਪਾਂ ਰਲ ਮਿਲ ਕੇ ਬਾਬਾ ਜੀ ਦਰਬਾਰ 'ਤੇ ਲਾਉਂਦੇ ਹਾਂ। ਇਸ ਸਾਲ ਵੀ ਬਾਬਾ ਜੀ ਨੇ ਬਹੁਤ ਰਹਿਮਤ ਕੀਤੀ ਹੈ ਸਾਰੀ ਸੰਗਤ 'ਤੇ। ਬਾਬਾ ਜੀ ਦੇ ਦਰਬਾਰ 'ਤੇ ਕੱਲ੍ਹ ਰੋਜ਼ ਤੋਂ ਜੋ ਪ੍ਰੋਗਰਾਮ ਚੱਲਦਾ ਸੀ, ਸਵੇਰੇ ਪਹਿਲਾਂ ਨਿਸ਼ਾਨ ਸਾਹਿਬ ਚੜ੍ਹਾਏ ਗਏ, ਉਸ ਤੋਂ ਉਪਰੰਤ ਲੰਗਰ ਦੀ ਸੇਵਾ ਚੱਲੀ ਹੈ, ਸਾਰੀਆਂ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਉਸ ਤੋਂ ਉਪਰੰਤ ਰਾਤ ਨੂੰ ਰਾਤ ਦੇ ਮਹਿਫਲੀ ਪ੍ਰੋਗਰਾਮ ਹੋਇਆ, ਸਕੂਲ ਦੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਪਿੰਡ ਦੇ ਵਿੱਚ ਲਾਉਣ ਵਾਸਤੇ 101 ਬੂਟੇ ਦੀ ਸੇਵਾ ਕੀਤੀ ਗਈ। ਸਾਰਿਆਂ ਨੇ ਰਲ ਮਿਲ ਕੇ ਹੀ ਬਹੁਤ ਸੇਵਾ ਕੀਤੀ ਹੈ ਅਤੇ ਅੱਜ 21 ਤਰੀਕ ਨੂੰ ਬਾਬਾ ਜੀ ਦਰਬਾਰ 'ਤੇ ਚਾਦਰ ਦੀ ਰਸਮ ਹੋਈ ਹੈ। ਸਮੂਹ ਸੰਗਤ ਦੇ ਸਹਿਯੋਗ ਦੇ ਨਾਲ, ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਬਾਬਾ ਜੀ ਦਰਬਾਰ 'ਤੇ ਚਾਦਰ ਦੀ ਰਸਮ ਜੋ ਸੀਗੀ ਉਹ ਪੂਰੀ ਕੀਤੀ ਹੈ। ਮਹਾਰਾਜ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਆਉਣ ਵਾਲਾ ਸਮਾਂ ਸਾਰਿਆਂ ਲਈ ਖੁਸ਼ੀਆਂ ਵਾਲਾ ਆਵੇ, ਮਾਲਕ ਸਾਰਿਆਂ ਨੂੰ ਤੰਦਰੁਸਤੀ ਦੇਵੇ। ਜਿਹੜੇ ਦੇਸਾਂ ਪ੍ਰਦੇਸਾਂ ਦੇ ਵਿੱਚ ਸਾਧ ਸੰਗਤ ਬੈਠੀ ਹੈ, ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋ ਪ੍ਰੋਗਰਾਮ ਹੈ ਹਰ ਸਾਲ ਬਾਬਾ ਜੀ ਦੀ ਰਹਿਮਤ ਦੇ ਨਾਲ ਮਨਾਇਆ ਜਾਂਦਾ ਹੈ। ਅਸੀਂ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਸਾਲ ਵੀ ਬਹੁਤ ਪਿਆਰ ਸਤਿਕਾਰ ਦੇ ਕੇ ਇਹ ਪ੍ਰੋਗਰਾਮ ਕਰਵਾਉਣ ਲਈ ਸਾਨੂੰ ਹਿੰਮਤ ਦਿੱਤੀ, ਔਰ ਬਾਬਾ ਜੀ ਦਾ ਵੀ ਬਹੁਤ ਬਹੁਤ ਆਸ਼ੀਰਵਾਦ ਹੈ। ਸਖੀ ਸਰਬਰ ਪੀਰ ਬਾਬਾ ਲੱਖਦਾਤਾ ਜੀ 11ਵੀਂ ਵਾਲੀ ਸਰਕਾਰ, ਜਿਨ੍ਹਾਂ ਨੇ ਸਾਨੂੰ ਲਗਾਤਾਰ ਆਪਣਾ ਆਸ਼ੀਰਵਾਦ ਦੇ ਕੇ ਇਹ ਪ੍ਰੋਗਰਾਮ ਕਰਵਾਉਂਦੇ ਨੇ। ਮਾਲਕ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਲਾਵੇ, ਸਾਰਿਆਂ ਨੂੰ ਖੁਸ਼ੀਆਂ ਦੇਵੇ, ਸਾਰਿਆਂ 'ਤੇ ਮਾਲਕ ਰਹਿਮਤ ਰੱਖੇ। ਜੈ ਪੀਰਾਂ ਦੀ। Thank you.
ਹੈ।